हाँ जी मैडम, तुसी कितों दे रहण वाले हो पंजाब तो, ते तुसी कदों जिहड़ा हजूर साहब गए सी? असीं सर 16 मार्च नूं हजूर साहब गए सीगे। ठीक है जी। तां 16 के हाँ जी सॉरी 17 मार्च नूं असीं गए सीगे, 18 नूं असीं पहुंच गए सीगे जी। और मतलब के फिर मतलब के असीं 23 तारीख नूं वापसी सीगी, साडी उत्थे लॉकडाउन हो गया। अच्छा, लॉकडाउन हो गया, उत्थे पहुंचण तों बाद जदों तुहानूं अचानक पता लग्या, ਪਹਿਲਾਂ ਤੁਹਾਨੂੰ ਲੱਗਦਾ ਸੀ ਅਜਿਹਾ ਵੀ ਕੀ ਹੋ ਸਕਦਾ ਇੱਦਾਂ ਜਾਣ ਤੋਂ ਪਹਿਲਾਂ ਇੱਥੋਂ? ਨਹੀਂ ਮਤਲਬ ਕਿ ਸਾਨੂੰ ਇੰਨਾ ਨਹੀਂ ਸੀ ਲੱਗਦਾ ਕਿ ਇੰਨਾ ਲੰਬਾ ਚੱਲੇਗਾ, ਸਾਨੂੰ ਇਹ ਸੀਗਾ ਕਿ 1-2 ਦਿਨ ਦਾ ਹੋਏਗਾ, ਹੈ ਨਾ, ਕਿਉਂਕਿ ਕਦੇ ਆਪਣੇ ਇੱਦਾਂ ਦੀ ਸਿਚੁਏਸ਼ਨ ਆਈ ਨਹੀਂ ਸੀ ਨਾ, ਇਸ ਕਰਕੇ ਸਾਨੂੰ ਲੱਗਦਾ ਨਹੀਂ ਸੀ ਹੈਗਾ ਸਰ। ਫਿਰ ਸਾਨੂੰ ਇਹੀ ਪਤਾ ਸੀਗਾ ਕਿ ਚਲੋ 1-2 ਦਿਨ ਹੋਏਗਾ। ਫਿਰ ਜਦੋਂ ਤੁਸੀਂ ਉੱਥੇ ਪਹੁੰਚੇ ਤਾਂ ਤੁਹਾਨੂੰ ਪਤਾ ਲੱਗ ਗਿਆ ਕਿ ਕਰਫਿਊ ਜਿਹੜਾ ਲੱਗ ਗਿਆ, ਫਿਰ ਤੁਹਾਨੂੰ ਉੱਥੇ ਕਿਸ ਤਰ੍ਹਾਂ ਦੀਆਂ ਮੁਸ਼ਕਲਾਂ ਆਈਆਂ? ਮੁਸ਼ਕਲਾਂ ਦੇਖੋ, ਜਦੋਂ ਅਸੀਂ ਮਤਲਬ ਕਿ ਗੁਰਦੁਆਰਾ ਸਾਹਿਬ ਦੇ ਅੰਦਰ ਸੀਗੇ, ਉੱਥੇ ਤਾਂ ਸਾਨੂੰ ਕੋਈ ਪ੍ਰੋਬਲਮ ਨਹੀਂ ਆਈ, ਬਟ ਸਾਨੂੰ ਪ੍ਰੋਬਲਮ ਇਹ ਆਈ ਕਿ ਜਿਹੜੇ ਮੇਰੇ ਹਸਬੈਂਡ ਨੇ ਉਹ ਬਿਮਾਰ ਸੀਗੇ, ਮਤਲਬ ਕਿ ਉਹਨਾਂ ਦੀ ਮੈਡੀਸਨ ਚੱਲਦੀ ਹੈ PGI ਤੋਂ, ਮਤਲਬ ਕਿ ਤਾਂ ਉਹ ਜਿਹੜੀ ਮੈਡੀਸਨ ਸੀ ਉਹ ਸਾਨੂੰ ਕਿਤੋਂ ਵੀ ਨਹੀਂ ਮਿਲ ਰਹੀ ਸੀਗੀ, ਤੇ ਅਸੀਂ ਮਤਲਬ ਕਿ ਹਰ ਪਾਸੇ ਭੱਜੇ ਦੌੜੇ, ਸਾਨੂੰ ਕਿਤੋਂ ਮੈਡੀਸਨ ਨਹੀਂ ਮਿਲੀ। ਤੇ ਆਪਣਾ ਲੰਗਰ ਸਾਹਿਬ ਦੇ ਸਾਹਮਣੇ ਵੀ ਇੱਕ ਹੋਸਪਿਟਲ ਸੀਗਾ ਉਹਨਾਂ ਦਾ ਹੀ, ਅਸੀਂ ਉੱਥੋਂ ਵੀ ਪਤਾ ਕਰਿਆ, ਮਤਲਬ ਕਿ ਉਹਨਾਂ ਨੇ ਕਿਹਾ ਕਿ ਇਹ ਮੈਡੀਸਨ ਇੱਥੋਂ ਨਹੀਂ ਮਿਲੇਗੀ, ਅਸੀਂ ਮੈਡੀਕਲ ਸਟੋਰਾਂ ਦੇ ਪਤਾ ਕਰਿਆ, ਕਹਿੰਦੇ ਨਹੀਂ ਮਿਲੇਗੀ। ਹਾਰ ਕੇ ਜਦੋਂ ਸਾਨੂੰ ਕੋਈ ਵੀ ਮਤਲਬ ਕਿ ਰਸਤਾ ਨਜ਼ਰ ਨਹੀਂ ਆਇਆ, ਕਿਉਂਕਿ ਉੱਥੋਂ ਨਾ ਬਹੁਤ ਸਾਰੇ ਲੀਡਰਾਂ ਨੇ ਪੰਜਾਬ ਦੀਆਂ ਨੇ ਵੀ, ਤੇ ਸਰਕਾਰਾਂ ਨੇ ਵੱਖ ਵੱਖ ਸਰਕਾਰਾਂ ਨੇ ਹੈਲਪਲਾਈਨ ਨੰਬਰ ਜਿਹੜਾ ਜਾਰੀ ਕੀਤੇ ਸੀਗੇ ਆਪਣੇ ਵੀ, ਜੇ ਤੁਸੀਂ ਕਿਤੇ ਫਸੇ ਹੋਏ ਹੋ ਜਾਂ ਤੁਹਾਨੂੰ ਕਿਤੇ ਮੁਸ਼ਕਲ ਆ ਰਹੀ ਆ ਤਾਂ ਤੁਸੀਂ ਸਾਡੇ ਨਾਲ ਸੰਪਰਕ ਕਰੋ। ਤੁਸੀਂ ਕਿਸੇ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਲੋਕਲ ਪ੍ਰਸ਼ਾਸਨ ਨਾਲ ਜਾਂ ਪੰਜਾਬ ਦੇ ਕਿਸੇ ਲੀਡਰ ਨਾਲ ਜਾਂ ਪੰਜਾਬ ਦੇ ਕਿਸੇ ਪ੍ਰਸ਼ਾਸਨ ਦੇ ਨਾਲ? ਸਰ ਮੈਂ ਮਤਲਬ ਕਿ ਜਿਨ੍ਹਾਂ ਨੂੰ ਕਾਲ ਕਰੀ ਸੀਗੀ ਉਹਨਾਂ ਨੇ ਤਾਂ ਮੇਰੀ ਕਾਲ ਅਟੈਂਡ ਹੀ ਨਹੀਂ ਕਰੀ ਸੀਗੀ। ਕਿਹਨਾਂ ਨੂੰ? ਮਤਲਬ ਮੈਂ ਪਹਿਲਾਂ ਤਾਂ ਮਤਲਬ ਕਿ ਭਗਵੰਤ ਮਾਨ ਨੂੰ ਕਰੀ ਸੀਗੀ ਕਾਲ, ਉਹਨਾਂ ਨੇ ਮੇਰੀ ਮਤਲਬ ਕਿ ਕੋਈ ਮਤਲਬ ਕਿ ਮੇਰਾ ਫੋਨ ਹੀ ਨਹੀਂ ਉਹਨਾਂ ਨੇ ਚੁੱਕਿਆ ਹੈਗਾ। ਤੇ ਉਸ ਤੋਂ ਬਾਅਦ ਵਿੱਚ ਮਤਲਬ ਕਿ ਮਜੀਠੀਆ ਸਾਹਿਬ ਨੂੰ ਕਰੀ ਸੀਗੀ, ਉਹਨਾਂ ਨੇ ਕਿਹਾ ਸੀਗਾ ਕਿ ਜੇ ਅਸੀਂ ਕੋਸ਼ਿਸ਼ ਕਰ ਰਹੇ ਹਾਂ, ਹਨਾ, ਤੇ ਅਸੀਂ ਕਿਹਾ ਨਾ ਕਿ ਅਸੀਂ ਪ੍ਰੋਬਲਮ ਵਿੱਚ ਆ, ਉਹਨਾਂ ਨੇ ਕਿਹਾ ਅਸੀਂ ਕੋਸ਼ਿਸ਼ ਕਰ ਰਹੇ ਹਾਂ। ਤੇ ਦੂਜਾ ਨੰਬਰ ਜਿਹੜੀ ਮੈਡੀਸਨ ਵਾਲੀ ਪ੍ਰੋਬਲਮ ਸੀਗੀ ਉਹ ਤਾਂ ਮਤਲਬ ਕਿ ਜਦੋਂ ਸਾਨੂੰ ਕਿਤੋਂ ਵੀ ਸੋਲਵ ਹੁੰਦੀ ਨਹੀਂ ਨਜ਼ਰ ਆਈ ਤਾਂ ਅਸੀਂ ਮਤਲਬ ਕਿ ਜਦੋਂ ਸ਼੍ਰੀ ਸਰਦਾਰ ਚੰਦੂ ਸਰਦਾਰ ਪ੍ਰੇਮ ਸਿੰਘ ਜੀ ਚੰਦੂ ਮਾਜਰਾ ਜੀ ਨੇ ਜਦੋਂ ਅਸੀਂ ਕਾਲ ਕਰੀ, ਹਨਾ, ਉਹਨਾਂ ਨੇ ਮਤਲਬ ਕਿ 2 ਕਾਲ ਤੇ ਹੀ ਸਾਡਾ ਫੋਨ ਹਨਾ ਰਿਸੀਵ ਕਰ ਲਿਆ, ਮਤਲਬ ਕਿ ਜਦੋਂ 2 ਬੈਲ ਵੱਜੀਆਂ ਤਾਂ ਉਹਨਾਂ ਨੇ ਸਾਡਾ ਰਿਸੀਵ ਕਰ ਲਿਆ ਫੋਨ। ਤਾਂ ਮੈਂ ਉਹਨਾਂ ਨੇ ਜਦੋਂ ਇੱਕਦਮ ਦੱਸਿਆ ਕਿ ਏਦਾਂ ਕਰਕੇ ਅਸੀਂ ਹਜ਼ੂਰ ਸਾਹਿਬ ਆਏ ਸੀ ਤੇ ਸਾਨੂੰ ਮੈਡੀਸਨ ਦੀ ਪ੍ਰੋਬਲਮ ਆ ਰਹੀ ਹੈ, ਉਹਨਾਂ ਨੇ ਮਤਲਬ ਕਿ ਇੱਕਦਮ ਹੀ ਸਾਨੂੰ ਹੌਸਲਾ ਵੀ ਦਿੱਤਾ। ਔਰ ਉਹ ਮੈਡੀਸਨ ਸੀਗੀ, ਉਹਨਾਂ ਨੇ ਮੇਰੇ ਤੋਂ ਸਾਰਾ ਕੁਛ ਪੁੱਛਿਆ ਕਿ ਉਹ ਕਿਹੜੀ ਮੈਡੀਸਨ ਹੈ ਤੁਸੀਂ ਸਾਨੂੰ, ਜਾਂ ਉਹਨਾਂ ਦੀਆਂ ਫੋਟੋਆਂ ਜਾਂ ਤੁਸੀਂ ਨੇਮ ਸਾਨੂੰ ਦੱਸੋ, ਅਸੀਂ ਜਿੱਦਾਂ ਮਰਜ਼ੀ ਹਨਾ ਅਰੇਂਜ ਕਰੀਏ। ਉਹਨਾਂ ਨੇ ਮਤਲਬ ਕਿ ਮੇਰੀ ਏਦਾਂ ਹੈਲਪ ਕੀਤੀ, ਮੈਨੂੰ ਉੱਥੇ ਇੰਨਾ ਜ਼ਿਆਦਾ ਮਤਲਬ ਕਿ ਹੌਸਲਾ ਹੋ ਗਿਆ ਸੀਗਾ ਕਿ ਪਤਾ ਨਹੀਂ ਉਹ ਮੈਨੂੰ ਆਪਣੇ ਮਾਂ ਪਿਓ ਲੱਗ ਰਹੇ ਸੀ, ਪਤਾ ਨਹੀਂ ਉਹ ਮੈਨੂੰ ਆਪਣੇ ਭੈਣ ਭਰਾ ਲੱਗ ਰਹੇ ਸੀ, ਵੀ ਮਤਲਬ ਕਿ ਉਹਨਾਂ ਨੇ ਮੈਨੂੰ ਇੰਨਾ ਹੌਸਲਾ ਦਿੱਤਾ। ਇਕੱਲਾ ਹੌਸਲਾ ਹੀ ਨਹੀਂ ਦਿੱਤਾ, ਉਹਨਾਂ ਨੇ ਮੈਨੂੰ ਇਹ ਵੀ ਪੁੱਛਿਆ ਕਿ ਤੁਸੀਂ ਮੈਨੂੰ ਦੱਸੋ ਤੁਸੀਂ ਤੁਹਾਡਾ ਰੂਮ ਨੰਬਰ ਕੀ ਹੈ ਤੇ ਮੈਡੀਸਨ ਕੀ ਹੈ। ਉਹਨਾਂ ਨੇ ਮਤਲਬ ਕਿ 1/2 ਘੰਟੇ ਦੇ ਅੰਦਰ ਅੰਦਰ ਉਹ ਜਿਹੜੀ ਮੈਡੀਸਨ ਸੀਗੀ ਮੇਰਾ ਰੂਮ ਨੰਬਰ ਪੁੱਛ ਕੇ ਮੈਨੂੰ ਉਦੋਂ ਹੀ ਪਤਾ ਚੱਲਿਆ ਜਦੋਂ ਮਤਲਬ ਕਿ ਇੱਕ ਸਰਦਾਰ ਬੰਦਾ ਸਾਡੇ ਦਰਵਾਜ਼ੇ ਦੇ ਅੱਗੇ ਮਤਲਬ ਕਿ ਰੂਮ ਦੇ ਅੱਗੇ ਖੜੇ ਸੀ, ਜਿਹੜੇ ਕਹਿ ਰਹੇ ਸੀ ਕਿ ਆ ਲਓ ਤੁਹਾਡੀ ਮੈਡੀਸਨ। ਮਤਲਬ ਕਿ ਉਹ ਜਦੋਂ ਮੈਡੀਸਨ ਮੈਨੂੰ ਮਿਲੀ ਤਾਂ ਮੇਰੀਆਂ ਅੱਖਾਂ ਦੇ ਵਿੱਚੋਂ ਮਤਲਬ ਕਿ ਅੱਥਰੂ ਆ ਗਏ ਸੀਗੇ ਕਿ ਅਸੀਂ ਐਡੀ ਦੂਰ ਬੈਠੇ ਸੀਗੇ, ਹਨਾ, ਕਿ ਸਾਨੂੰ ਇੰਨੀ ਜ਼ਿਆਦਾ ਪ੍ਰੋਬਲਮ ਸੀ ਕਿ ਦੇਖੋ ਸਰ ਨੇ ਸਾਡੀ ਜਿਹੜੀ ਪ੍ਰੋਬਲਮ ਹੈ 1/2 ਘੰਟੇ ਦੇ ਅੰਦਰ ਅੰਦਰ ਸਾਡੀ ਸੋਲਵ ਕੀਤੀ। ਉਸ ਤੋਂ ਬਾਅਦ ਵਿੱਚ ਸਰ ਨੇ ਮੈਨੂੰ ਇਹ ਵੀ ਗੱਲ ਕਹੀ ਕਿ ਕਿਸੇ ਵੀ ਸੰਗਤ ਨੂੰ ਕੋਈ ਵੀ ਪ੍ਰੋਬਲਮ ਆਉਂਦੀ ਹੈ ਤਾਂ ਤੁਸੀਂ ਮੈਨੂੰ ਕਾਲ ਕਰੋ, ਬਲਕਿ ਉਹ ਸਾਨੂੰ ਆਪ ਵੀ ਕਾਲ ਕਰ ਕਰਕੇ ਸਾਡਾ ਹਾਲ ਚਾਲ ਪੁੱਛਦੇ ਰਹੇ, ਜਦੋਂ ਕਿ ਸਾਡੇ ਜ਼ਿਲ੍ਹੇ ਦੇ ਕਿਸੇ ਨੇ ਸਾਨੂੰ ਨਹੀਂ ਪੁੱਛਿਆ, ਕਿਸੇ ਨੇ ਸਾਨੂੰ ਕਾਲ ਨਹੀਂ ਕਰੀ, ਹਨਾ। ਨੌਲੇਜ ਦੇ ਵਿੱਚ ਸੀ ਤੁਹਾਡੇ ਜ਼ਿਲ੍ਹੇ ਦੇ ਲੀਡਰਾਂ ਦੇ ਜਾਂ ਤੁਹਾਡੇ ਜ਼ਿਲ੍ਹੇ ਦੇ ਪ੍ਰਸ਼ਾਸਨ ਦੇ ਕਿ ਤੁਸੀਂ ਉੱਥੇ? ਉਹਨਾਂ ਨੂੰ ਮਤਲਬ ਕਿ ਹਾਂਜੀ ਹਾਂਜੀ ਜਿਹੜੇ ਸਾਡੇ ਇੱਥੋਂ ਦੇ ਸੀਗੇ ਮਤਲਬ ਕਿ ਜੋ ਲਾਲੜੂ ਮੰਡੀ ਨੂੰ ਲੱਗਦੇ ਸੀ, ਉਹਨਾਂ ਨੂੰ ਮਤਲਬ ਕਿ ਉਹਨਾਂ ਦੇ ਜਿਹੜੇ ਨਾਲ ਦੇ ਸੀਗੇ ਉਹਨਾਂ ਨੂੰ ਸਾਰਿਆਂ ਨੂੰ ਪਤਾ ਸੀਗਾ ਕਿ ਅਸੀਂ ਉੱਥੇ ਫਸੇ ਹੋਏ ਹਾਂ, ਬਟ ਸਾਡਾ ਕਿਸੇ ਨੇ ਹਾਲ ਨਹੀਂ ਪੁੱਛਿਆ, ਸਾਨੂੰ ਕਿਸੇ ਨੇ ਕਾਲ ਨਹੀਂ ਕਰੀ। ਮਤਲਬ ਕਿ ਸਰ ਤੋਂ ਬਿਨਾਂ ਸਰਦਾਰ ਪ੍ਰੇਮ ਸਿੰਘ ਜੀ ਚੰਦੂ ਮਾਜਰਾ ਤੋਂ ਬਿਨਾਂ ਸਾਡਾ ਕਿਸੇ ਨੇ ਹਾਲ ਨਹੀਂ ਪੁੱਛਿਆ, ਸਾਡੀ ਕਿਸੇ ਨੇ ਹੈਲਪ ਨਹੀਂ ਕੀਤੀ। ਬਾਕੀ ਦੂਸਰਾ ਨੰਬਰ ਉਸ ਤੋਂ ਬਾਅਦ ਵਿੱਚ ਮਤਲਬ ਕਿ ਜਦੋਂ ਅਸੀਂ ਉੱਥੋਂ ਆ ਜਾਂਦੇ ਹਾਂ, ਹਨਾ, ਯਾਨੀ ਕੁਛ ਦਿਨ ਬਾਅਦ। ਪਹਿਲਾਂ ਇਹ ਦੱਸ ਦਿਓ ਜੀ ਤੁਸੀਂ ਉੱਥੇ ਕਿੰਨੇ ਜਣੇ ਫਸੇ ਹੋਏ ਸੀਗੇ ਤੇ ਉੱਥੇ ਕਿਹੋ ਜਿਹੇ ਪ੍ਰਬੰਧ ਸੀ ਤੁਹਾਨੂੰ? ਅਸੀਂ ਉੱਥੇ ਕਮ ਸੇ ਕਮ ਵੀ ਉੱਥੇ 4-5 ਹਜ਼ਾਰ ਸੰਗਤ ਸੀਗੀ ਜੀ ਜਿਹੜੀ ਉੱਥੇ ਫਸੀ ਹੋਈ ਸੀਗੀ। ਪ੍ਰਬੰਧ ਕਿਸ ਤਰ੍ਹਾਂ ਦੇ ਸੀਗੇ? ਕਿਉਂਕਿ ਪ੍ਰਬੰਧ ਹਾਂਜੀ ਗੁਰਦੁਆਰਾ ਸਾਹਿਬ ਦੇ ਅੰਦਰ ਲੰਗਰ ਵਧੀਆ ਮਿਲਦਾ ਸੀਗਾ, ਰੂਮ ਮਿਲੇ ਹੋਏ ਸੀ ਜਿਨ੍ਹਾਂ ਦੇ ਅੰਦਰ AC ਲੱਗੇ ਹੋਏ ਸੀ, ਹਨਾ,
ਤੇ ਉਸ ਤੋਂ ਬਾਅਦ ਵਿੱਚ ਜਦੋਂ ਸਾਨੂੰ ਸ਼ਾਮ ਨੂੰ ਜਿਵੇਂ ਮੈਡੀਸਨ ਵਗੈਰਾ ਜੇ ਕਿਸੇ ਨੇ ਲੈਣੀ ਹੁੰਦੀ ਸੀ ਤੇ ਅਸੀਂ ਦੁੱਧ ਮੰਗਦੇ ਸੀ ਉਹ ਦੁੱਧ ਵੀ ਦੇ ਦਿੰਦੇ ਸੀਗੇ ਤੇ ਮਤਲਬ ਕਿ ਜੋ ਵੀ ਅਸੀਂ ਕੁਛ ਉਹਨਾਂ ਤੋਂ ਮੰਗਦੇ ਸੀ ਉਹ ਦਿੰਦੇ ਸੀ ਗੁਰਦੁਆਰਾ ਵਾਲਿਆਂ ਵੱਲੋਂ ਕੋਈ ਵੀ ਸਾਨੂੰ ਉਧਰੋਂ ਕੋਈ ਪ੍ਰੋਬਲਮ ਨਹੀਂ ਆਈ ਜਿਹੜੀ ਤੁਹਾਨੂੰ ਬਹੁਤ ਵਧੀਆ ਪ੍ਰਬੰਧ ਉਹਨਾਂ ਨੇ ਕਰਕੇ ਦਿੱਤਾ ਸੀ ਗੁਰਦੁਆਰਾ ਸਾਹਿਬ ਹਾਂਜੀ ਹਾਂਜੀ ਬਾਬਾ ਜੀ ਬਲਵਿੰਦਰ ਸਿੰਘ ਸਵੇਰੇ ਸਾਰਿਆਂ ਦੇ ਮਤਲਬ ਕਿ ਸਭ ਨੂੰ ਪੁੱਛਦੇ ਸੀਗੇ ਕਿ ਕਿਸੇ ਨੂੰ ਕੋਈ ਪ੍ਰੋਬਲਮ ਹੋਏ ਤਾਂ ਤੁਸੀਂ ਸਾਡੇ ਨਾਲ ਸ਼ੇਅਰ ਕਰ ਸਕਦੇ ਹੋ ਹਨਾ ਤੁਸੀਂ ਸਾਨੂੰ ਦੱਸੋ ਤਾਂ ਉਸ ਤੋਂ ਬਾਅਦ ਵਿੱਚ ਮਤਲਬ ਕਿ ਅਸੀਂ ਫਿਰ ਉੱਥੋਂ ਆਉਣਾ ਸੀਗਾ ਹਨਾ ਕਿਉਂਕਿ ਮੇਰੇ ਹਸਬੈਂਡ ਬਿਮਾਰ ਸੀਗੇ ਕੁਛ ਗੱਡੀਆਂ ਜਦੋਂ ਉੱਥੋਂ ਚੱਲਣ ਲੱਗ ਗਈਆਂ ਤਾਂ ਅਸੀਂ ਵੀ ਮਤਲਬ ਕਿ ਉੱਥੋਂ ਸੋਚਿਆ ਕਿ ਅਸੀਂ ਵੀ ਚਲੇ ਜਾਂਦੇ ਹਾਂ ਹਨਾ ਕਿੰਨੀ ਤਰੀਕ ਦੀ ਗੱਲ ਹੈ ਹਾਂਜੀ ਇਹ ਕਿੰਨੀ ਤਰੀਕ ਨੂੰ ਤੁਸੀਂ ਜਾਣ ਬਾਰੇ ਸੋਚਿਆ ਅਸੀਂ ਉੱਥੋਂ ਸੋਚ ਲਿਆ ਸੀਗਾ ਮੇਰੇ ਖਿਆਲ ਦੇ ਵਿੱਚ ਅਸੀਂ 18 ਤਰੀਕ ਨੂੰ ਸ਼ਾਇਦ ਚੱਲ ਪਏ ਸੀਗੇ ਤਾਂ ਜਿਹੜੀ ਆ ਸੀਗੀ ਇਹ ਵਾਲੀ ਤਾਂ ਅਸੀਂ ਜਦੋਂ ਉੱਥੋਂ ਚੱਲੇ ਮਤਲਬ ਕਿ ਜਦੋਂ ਅਸੀਂ ਦੇਖਿਆ ਕਿ ਗੱਡੀਆਂ ਹੋਰ ਵੀ ਜਾ ਰਹੀਆਂ ਨੇ ਹਨਾ ਤਾਂ ਮਤਲਬ ਕਿ ਅਸੀਂ ਵੀ ਸੋਚ ਲਿਆ ਕਿ ਅਸੀਂ ਵੀ ਚਲੇ ਜਾਂਦੇ ਹਾਂ ਹਨਾ ਵੀ ਅਸੀਂ ਕੀ ਕਰਾਂਗੇ ਵੀ ਕਿਉਂਕਿ ਮੇਰੇ ਜਿਹੜੇ ਮੰਮਾ ਨੇ ਉਹ ਕੈਂਸਰ ਦੇ ਪੇਸ਼ੈਂਟ ਨੇ ਮੇਰੇ ਹਸਬੈਂਡ ਨੇ ਉਹ ਵੀ ਤੁਹਾਡੇ ਨਾਲ ਸੀ ਤੁਹਾਡੇ ਹਸਬੈਂਡ ਵੀ ਬਿਮਾਰ ਸੀ ਤੇ ਔਰ ਤੁਹਾਡੇ ਮਦਰ ਵੀ ਬਿਮਾਰ ਸੀ ਹਾਂਜੀ ਮੇਰੇ ਮਦਰ ਵੀ ਬਿਮਾਰ ਸੀਗੇ ਤੇ ਉਹ ਮੇਰੇ ਨਾਲ ਸੀਗੇ ਮੈਨੂੰ ਸਿਰਫ ਇਹੀ ਡਰ ਲੱਗ ਰਿਹਾ ਸੀਗਾ ਕਿ ਕਿਤੇ ਹਨਾ ਇਹਨਾਂ ਨੂੰ ਕੋਈ ਪ੍ਰੋਬਲਮ ਨਾ ਆ ਜਾਵੇ ਵੀ ਅਸੀਂ ਤੇ ਸਿਰਫ ਇੱਕ ਹਫ਼ਤੇ ਵਾਸਤੇ ਆਏ ਸੀਗੇ ਤੇ ਉਸ ਤੋਂ ਬਾਅਦ ਵਿੱਚ ਅਸੀਂ ਮਤਲਬ ਕਿ ਉੱਥੋਂ ਗੱਡੀ ਕਰੀ ਜਿਵੇਂ ਅੱਗੇ ਅੱਗੇ ਸਾਡੇ ਗੱਡੀਆਂ ਜਾਣ ਲੱਗ ਗਈਆਂ ਤਾਂ ਅਸੀਂ ਵੀ ਸੋਚਿਆ ਵੀ ਹਨਾ ਅਸੀਂ ਗੱਡੀ ਕਰਕੇ ਵੀ ਚਲੇ ਜਾਂਦੇ ਹਾਂ ਅਸੀਂ ਉੱਥੋਂ ਗੱਡੀ ਕੀਤੀ ਸਾਡੇ ਨਾਲ ਹੀ ਗੱਡੀਆਂ ਕਾਫੀ ਚੱਲੀਆਂ ਤਾਂ ਅਸੀਂ ਉੱਥੋਂ ਗੱਡੀ ਕੀਤੀ ਤਾਂ ਅਸੀਂ ਆਪਣਾ ਆ ਰਹੇ ਸੀ ਤੇ ਰਸਤੇ ਵਿੱਚ ਮਤਲਬ ਕਿ ਹੋਰ ਤੇ ਸਾਨੂੰ ਕਿਤੇ ਮਤਲਬ ਕੋਈ ਪ੍ਰੋਬਲਮ ਨਹੀਂ ਆਈ ਅਗਰ ਨੇੜੇ ਹੀ ਕਿਤੇ ਪ੍ਰੋਬਲਮ ਆ ਜਾਂਦੀ ਤਾਂ ਅਸੀਂ ਹਨਾ ਵਾਪਸ ਚਲੇ ਜਾਂਦੇ ਗੱਡੀ ਗੱਡੀ ਲੈ ਕੇ ਜਦੋਂ ਤੁਸੀਂ ਚੱਲਣ ਦੀ ਕੋਸ਼ਿਸ਼ ਕੀਤੀ ਤੁਹਾਨੂੰ ਪਤਾ ਸੀਗਾ ਕਿ ਪਾਸ ਵਗੈਰਾ ਚਾਹੀਦੇ ਹੈਗੇ ਨੇ ਸਾਨੂੰ ਇਹ ਤੇ ਪਤਾ ਸੀਗਾ ਕਿ ਪਾਸ ਵਗੈਰਾ ਚਾਹੀਦੇ ਨੇ ਹਨਾ ਪਰਮਿਸ਼ਨ ਚਾਹੀਦੀ ਹੈ ਬਟ ਸਾਨੂੰ ਇਹ ਸੀਗਾ ਕਿ ਜਿਹੜੀਆਂ ਅੱਗੇ ਗੱਡੀਆਂ ਚਲੇ ਗਈਆਂ ਤੇ ਉਹ ਵੀ ਤਾਂ ਪਹੁੰਚ ਹੀ ਗਏ ਨੇ ਅੱਛਾ ਉਹ ਵੀ ਠੀਕ ਹੈ ਜੀ ਹਾਂਜੀ ਤੇ ਇੱਕ ਗੁਰਦਾਸਪੁਰ ਟਰੱਕ ਗਿਆ ਸੀਗਾ ਤੁਸੀਂ ਅਖਬਾਰ ਦੇ ਵਿੱਚ ਉਹਦੀਆਂ ਮਤਲਬ ਕਿ ਫੋਟੋਆਂ ਵੀ ਦੇਖੀਆਂ ਹੋਣਗੀਆਂ ਨਿਊਜ਼ ਲੱਗੀ ਸੀਗੀ ਉਹਨਾਂ ਦੀ ਤੇ ਅਸੀਂ ਸੋਚਿਆ ਵੀ ਚਲੋ ਉਹ ਚਲੇ ਗਏ ਨੇ ਅਸੀਂ ਵੀ ਚਲੇ ਜਾਵਾਂਗੇ ਹਨਾ ਵੀ ਰਸਤੇ ਵਿੱਚ ਵੀ ਅਸੀਂ ਆਪਣੀ ਪ੍ਰੋਬਲਮ ਦੱਸਾਂਗੇ ਪੇਟੀਆਂ ਗੱਡੀ ਵੀ ਕਹਿੰਦੇ ਤੁਸੀਂ ਬੜੀ ਮਹਿੰਗੀ ਕਰਕੇ ਆਏ ਉੱਥੋਂ ਹਾਂਜੀ ਉੱਥੋਂ ਗੱਡੀਆਂ ਇੰਨੇ ਵਿੱਚ ਹੀ ਹੁੰਦੀਆਂ ਸੀਗੀਆਂ ਮਤਲਬ ਕਿ ਅਸੀਂ 60,000 ਦੇ ਵਿੱਚ ਗੱਡੀ ਕੀਤੀ ਸੀਗੀ 60,000 ਦੇ ਵਿੱਚ ਤੁਸੀਂ ਇੱਥੇ ਆਪਣੇ ਘਰ ਤੱਕ ਆਉਣ ਦੀ ਗੱਡੀ ਕੀਤੀ ਤੁਸੀਂ ਹਾਂਜੀ ਇਨੋਵਾ ਗੱਡੀ ਅਸੀਂ ਹਾਂਜੀ ਹਾਂਜੀ ਅਸੀਂ ਇਨੋਵਾ ਗੱਡੀ ਅਸੀਂ 6 ਜਣੇ ਸੀਗੇ ਅੱਛਾ ਤੁਹਾਡੇ ਵਾਲੀ ਗੱਡੀ ਤੋਂ ਇਲਾਵਾ ਹੋਰ ਵੀ ਸੰਗਤ ਤੁਹਾਡੇ ਨਾਲ ਉੱਥੇ ਤੁਰੀ ਸੀ ਹਾਂਜੀ ਹਾਂਜੀ ਤੁਰੀ ਸੀਗੀ ਅਸੀਂ ਉਹਨਾਂ ਕਰਕੇ ਤਾਂ ਅਸੀਂ ਚੱਲ ਪਏ ਸੀਗੇ ਵੀ ਚਲੋ ਸਾਰੇ ਜਾ ਰਹੇ ਨੇ ਹਨਾ ਅਸੀਂ ਵੀ ਚਲੇ ਜਾਂਦੇ ਹਾਂ ਵੀ ਇਹਨਾਂ ਦੇ ਨਾਲ ਹੀ ਅਸੀਂ ਨਿਕਲ ਜਾਾਂਗੇ ਅਸੀਂ ਇਸ ਕਰਕੇ ਮਤਲਬ ਕਿ ਉੱਥੋਂ ਚੱਲ ਪਏ ਤੇ ਫਿਰ ਰਸਤੇ ਦੇ ਵਿੱਚ ਕਿੱਦਾਂ ਫਿਰ ਕੋਈ ਪ੍ਰੋਬਲਮ ਵਗੈਰਾ ਹਾਂਜੀ ਪ੍ਰੋਬਲਮ ਸਾਨੂੰ ਮਤਲਬ ਕਿ ਜਦੋਂ ਤੱਕ ਅਸੀਂ ਇਹ ਦੇਖ ਲਓ ਵੀ ਨੰਦੇੜ ਸਾਹਿਬ ਤੋਂ ਉਹ ਸੀਗਾ ਸ਼ਨਾਵਦ ਪੈਂਦਾ ਉੱਥੇ ਇੰਦੌਰ ਤੋਂ 70 ਕਿਲੋਮੀਟਰ ਪਿੱਛੇ ਆ ਉਹ ਤਾਂ ਮਤਲਬ ਕਿ ਉੱਥੇ ਆਣ ਕੇ ਸਾਨੂੰ ਜਦੋਂ ਕਿ ਪੁਲਿਸ ਵਾਲਿਆਂ ਨੇ ਸਾਨੂੰ ਉੱਥੇ ਰੋਕਿਆ ਤੇ ਮਤਲਬ ਕਿ ਉਹ ਕਹਿਣ ਲੱਗੇ ਵੀ ਤੁਸੀਂ ਵੀ ਅੱਗੇ ਨਹੀਂ ਜਾ ਸਕਦੇ ਵੀ ਅਸੀਂ ਨਹੀਂ ਵੀ ਤੁਹਾਨੂੰ ਜਾਣ ਦੇਣਾ ਚਲੋ ਅਸੀਂ ਸਾਰੀ ਰਾਤ ਮਤਲਬ ਕਿ ਉੱਥੇ ਖੜੇ ਰਹੇ ਅੱਧੀ ਕੁ ਰਾਤ ਨੂੰ ਅਸੀਂ ਫੇਰ ਜਾ ਕੇ ਉਹਨਾਂ ਨੂੰ ਕਿਹਾ ਵੀ ਸਾਨੂੰ ਤੁਸੀਂ ਲੰਘ ਜਾਂਦੋ ਹਨਾ ਵੀ ਸਾਡੇ ਨਾਲ ਪੇਸ਼ੈਂਟ ਨੇ ਅਸੀਂ ਬੜੀ ਜ਼ਿਆਦਾ ਪ੍ਰੋਬਲਮ ਵਿੱਚ ਹਾਂ ਵੀ ਤੁਸੀਂ ਸਾਨੂੰ ਲੰਘ ਜਾਂਦੋ ਵੀ ਅਸੀਂ ਐਡੀ ਦੂਰ ਤੋਂ ਵੀ ਆਏ ਹਾਂ ਹਨਾ ਵੀ ਸਾਨੂੰ ਸਭ ਨੇ ਲੰਘਾ ਤਾ ਵੀ ਸਾਨੂੰ ਕਿਸੇ ਨੇ ਨਹੀਂ ਰੋਕਿਆ ਵੀ ਤੁਸੀਂ ਵੀ ਸਾਨੂੰ ਲੰਘ ਜਾਂਦੋ ਬਟ ਉਹਨਾਂ ਨੇ ਸਾਨੂੰ ਲੰਘਣ ਨਹੀਂ ਦਿੱਤਾ ਅਸੀਂ ਸਾਰੀ ਰਾਤ ਇੱਕ ਮਤਲਬ ਕਿ ਖਾਲੀ ਜਗ੍ਹਾ ਸੀਗੀ ਜਿਵੇਂ ਲਾ ਲਓ ਜ਼ਮੀਨ ਸੀਗੀ ਖਾਲੀ ਖੇਤ ਹਨਾ ਅਸੀਂ ਉੱਥੇ ਜਾ ਕੇ ਗੱਡੀਆਂ ਖੜਾਈਆਂ ਸਾਰੀ ਰਾਤ ਅਸੀਂ ਸਾਡੇ ਨਾਲ ਛੋਟੇ ਛੋਟੇ ਬੱਚੇ ਵੀ ਸੀ ਹਨਾ ਤੇ ਮਤਲਬ ਕਿ ਕੁੜੀਆਂ ਵੀ ਸੀਗੀਆਂ ਬਜ਼ੁਰਗ ਵੀ ਸੀਗੇ ਪੇਸ਼ੈਂਟ ਵੀ ਸੀਗੇ ਮਤਲਬ ਕਿ ਸਾਰੇ ਸੀਗੇ ਮਿਕਸ ਸੰਗਤ ਸੀਗੀ ਅਸੀਂ ਪੂਰੀ ਰਾਤ ਏਦਾਂ ਹੀ ਗੱਡੀਆਂ ਤੋਂ ਬਾਹਰ ਖੜੇ ਰਹੇ ਹਨਾ ਸਾਰੀ ਰਾਤ ਮਤਲਬ ਕਿ ਅਸੀਂ ਦੇਖਦੇ ਰਹੇ ਕਿ ਚਲੋ ਫੇਰ ਅਸੀਂ ਦੁਬਾਰਾ ਜਦੋਂ ਤੜਕੇ ਤੜਕੇ ਫੇਰ ਉਹਨਾਂ ਨੂੰ ਕਿਹਾ ਕਿ ਚਲੋ ਤੁਸੀਂ ਸਾਨੂੰ ਜਾਣ ਦਿਓ ਹਨਾ ਕਿ ਅਸੀਂ ਬੜੀ ਜ਼ਿਆਦਾ ਪ੍ਰੋਬਲਮ ਵਿੱਚ ਹਾਂ ਬਟ ਉਹਨਾਂ ਨੇ ਸਾਡੀ ਕੋਈ ਨਹੀਂ ਸੁਣੀ ਕਿਉਂਕਿ ਕਾਲਸ ਆਉਣੀਆਂ ਸ਼ੁਰੂ ਹੋ ਗਈਆਂ ਤੇ ਉਸ ਤੋਂ ਬਾਅਦ ਵਿੱਚ ਉੱਥੇ ਜਿਹੜੀ ਸਾਡੀ ਸਭ ਤੋਂ ਵੱਧ ਮਤਲਬ ਕਿ ਜਿਹੜੀ ਹੈਲਪ ਕੀਤੀ ਗਈ ਹੈ ਮਤਲਬ ਕਿ ਉਹ ਕੀਤੀ ਸੀਗੀ ਜਿਵੇਂ ਮੰਨ ਲਓ ਕਿ ਇੱਕ ਸੀਗੇ ਬੰਬੇ ਤੋਂ ਸੀਗੇ ਸਤਨਾਮ ਸਿੰਘ ਜੀ ਅਹੂਜਾ ਤੇ ਉਹਨਾਂ ਨਾਲ ਤੁਹਾਡਾ ਕਿਵੇਂ ਸੰਪਰਕ ਹੋਇਆ ਜੀ ਉਹਨਾਂ ਨੇ ਨਿਊਜ਼ ਦੇਖੀ ਸੀਗੀ ਜੀ ਉਹਨਾਂ ਨੇ ਨਿਊਜ਼ ਦੇਖ ਕੇ ਉਹਨਾਂ ਤੋਂ ਨੰਬਰ ਲੈ ਲਿਆ ਉਹਨਾਂ ਨੇ ਤਾਂ ਨੰਬਰ ਲੈ ਕੇ ਉਹਨਾਂ ਨੇ ਮੇਰੇ ਕੋਲ ਕਾਲ ਕਰੀ ਕਾਲ ਕਰਕੇ ਉਹਨਾਂ ਨੇ ਮੈਨੂੰ ਸਭ ਕੁਛ ਮਤਲਬ ਕਿ ਪੁੱਛਿਆ ਤਾਂ ਮੈਂ ਉਹਨਾਂ ਨੂੰ ਦੱਸਿਆ ਹਨਾ ਤਾਂ ਉਹਨਾਂ ਨੇ ਉਸੇ ਟਾਈਮ ਮਤਲਬ ਕਿ ਸਾਰਿਆਂ ਕੋਲ ਫੋਨ ਕਰੇ ਉਸ ਤੋਂ ਬਾਅਦ ਵਿੱਚ ਮਤਲਬ ਕਿ ਰਵਿੰਦਰਪਾਲ ਸਿੰਘ ਦੀ ਟੀਮਾਂ ਜੋ ਕਿ ਆਗਰਾ ਤੋਂ ਨੇ ਮੇਰੇ ਕੋਲ ਉਹਨਾਂ ਦੀ ਕਾਲ ਆ ਗਈ ਤੇ ਉਹਨਾਂ ਨੇ ਵੀ ਮੈਨੂੰ ਕਿਹਾ ਵੀ ਬੇਟਾ ਕੋਈ ਨੀ ਤੇ ਅਸੀਂ ਲੱਗੇ ਹੋਏ ਹਾਂ ਤਾਂ ਫਿਰ ਉਹਨਾਂ ਨੇ ਮਤਲਬ ਕਿ ਸਾਡੇ ਵਾਸਤੇ ਜਿੱਥੇ ਅਸੀਂ ਖੜੇ ਸੀਗੇ ਉੱਥੇ ਹੀ ਇੱਕ ਗੱਡੀ ਦੇ ਵਿੱਚ ਮਤਲਬ ਕਿ ਚੌਲ ਵਗੈਰਾ ਤੇ ਨਾਲ ਮਤਲਬ ਕਿ ਸਾਰਾ ਕੁਛ ਬਣਾ ਕੇ ਸਾਡੇ ਲਈ ਤਿਆਰ ਕਰਕੇ ਸਾਡੇ ਕੋਲ ਭੇਜਿਆ ਹਨਾ
ਤੇ ਉੱਥੇ ਅਸੀਂ ਮਤਲਬ ਕਿ ਕੁਛ ਖਾਧਾ ਪੀਤਾ ਹਨਾ, ਉਸ ਤੋਂ ਬਾਅਦ ਵਿੱਚ ਸਾਡੇ ਕੋਲ ਪੁਲਿਸ ਆ ਗਈ। ਪੁਲਿਸ ਆ ਗਈ ਤਾਂ ਪੁਲਿਸ ਵਾਲਿਆਂ ਨੇ ਸਾਨੂੰ ਆਣ ਕੇ ਕਿਹਾ ਵੀ ਤੁਸੀਂ ਸਾਡੇ ਨਾਲ ਚੱਲੋ। ਅਸੀਂ ਉਹਨਾਂ ਨੇ ਇੱਕ ਗੱਡੀ ਸਾਡੇ ਮਤਲਬ ਕਿ ਪਿੱਛੇ ਲਗਾ ਲਈ, ਇੱਕ ਗੱਡੀ ਉਹਨਾਂ ਨੇ ਸਾਡੇ ਅੱਗੇ ਲਗਾ ਲਈ, ਤਾਂ ਅਸੀਂ ਉਹਨਾਂ ਦੇ ਨਾਲ ਚੱਲ ਪਏ। ਤਾਂ ਉਹਨਾਂ ਨੇ ਇੱਕ ਮਤਲਬ ਕਿ ਉਹਦੇ ਉੱਪਰ ਜਿੱਥੇ ਅਸੀਂ ਉਹਨਾਂ ਨੇ ਸਾਡਾ ਗੇਟ ਤੋਂ ਅੰਦਰ ਸਾਡੀਆਂ ਗੱਡੀਆਂ ਆਈਆਂ ਹਨਾ, ਉਹਦੇ ਉੱਤੇ ਲਿਖਿਆ ਹੋਇਆ ਸੀਗਾ ਕਿ ਆਦਿਵਾਸੀ ਆਜ਼ਾਦ। ਤਾਂ ਅਸੀਂ ਸਾਡੀਆਂ ਗੱਡੀਆਂ ਉੱਥੇ ਖੜੀਆਂ ਕਰ ਲਈਆਂ, ਤਾਂ ਸਾਨੂੰ ਅੰਦਰ ਲੈ ਗਏ। ਤਾਂ ਕਹਿਣ ਲੱਗੇ ਵੀ ਹੁਣ ਤੁਸੀਂ ਇੱਥੇ ਹੀ ਰਹੋਗੇ ਹਨਾ। ਅਸੀਂ ਜਦੋਂ ਮਤਲਬ ਕਿ ਅੰਦਰ ਗਏ, ਉੱਥੇ ਬੈੱਡ ਜੇ ਲੱਗੇ ਹੋਏ ਸੀਗੇ, ਉੱਪਰ ਲੋਹੇ ਦੀਆਂ ਟੀਨਾਂ ਪਾਈਆਂ ਹੋਈਆਂ ਸੀਗੀਆਂ। ਬੜੀ ਗਰਮੀ ਸੀਗੀ, ਮਤਲਬ ਕਿ ਬਹੁਤ ਜ਼ਿਆਦਾ ਗਰਮੀ ਸੀਗੀ। ਉਦੋਂ ਵੀ ਮਨ ਮਤਲਬ ਕਿ ਇੰਨਾ ਘਬਰਾ ਗਿਆ ਕਿ ਹਾਂ ਵੀ ਕਿੱਥੋਂ ਆਏ ਤੇ ਕਿੱਥੇ ਆਣ ਕੇ ਹਨਾ ਫੇਰ ਫਸ ਗਏ। ਤਾਂ ਉਸ ਤੋਂ ਬਾਅਦ ਵਿੱਚ ਮਤਲਬ ਕਿ ਉੱਥੋਂ ਦੇ ਸੀਗੇ, ਕੀ ਨਾਮ ਸੀਗਾ ਉਹਨਾਂ ਦਾ ਦੱਸਦੀ ਆ ਤੁਹਾਨੂੰ, ਨਾਮ ਰਿੰਕੂ ਭਾਟੀਆ ਜੀ। ਉਹਨਾਂ ਨੂੰ ਜਦੋਂ ਪਤਾ ਲੱਗਿਆ, ਤਾਂ ਇੱਕ ਰਿੰਕੂ ਭਾਟੀਆ ਜੀ, ਇੱਕ ਅਮਰਜੀਤ ਨੇਗੀ ਜੀ। ਤਾਂ ਜਦੋਂ ਉਹਨਾਂ ਨੂੰ ਪਤਾ ਲੱਗਿਆ ਹਨਾ, ਉਹਨਾਂ ਨੇ ਵੀ ਮਤਲਬ ਕਿ ਉਹਨਾਂ ਨੇ ਵੀ ਮਤਲਬ ਕਿ ਕਾਰਵਾਈ ਸਾਰੀ ਸ਼ੁਰੂ ਕਰਤੀ ਕਿਸੇ ਢੰਗ ਨਾਲ ਸੰਗਤ ਨੂੰ ਇੱਥੋਂ ਕੱਢਿਆ ਜਾਵੇ। ਉਹਨਾਂ ਨੇ ਸਾਡੀ ਇੰਨੀ ਹੈਲਪ ਕੀਤੀ, ਮਤਲਬ ਕਿ ਲੰਗਰ ਸਾਡੇ ਕੋਲ ਨਾ, ਉਹਨਾਂ ਨੇ ਪਹਿਲਾਂ ਮੈਨੂੰ ਕਾਲ ਕਰੀ ਕਿ ਤੁਸੀਂ ਕੁਛ ਖਾਧਾ ਪੀਤਾ, ਤਾਂ ਮੈਂ ਉਹਨਾਂ ਨੂੰ ਸਾਰਾ ਕੁਛ ਦੱਸਿਆ ਵੀ ਹਾਂ ਇੱਕ ਵਾਰੀ ਅਸੀਂ ਸਵੇਰੇ ਵੀ ਇੱਦਾਂ ਕਰਕੇ ਥੋੜ੍ਹਾ ਜਿਹਾ ਚੌਲ ਚੁਲ ਖਾਧੇ ਨੇ। ਤਾਂ ਉਸ ਤੋਂ ਬਾਅਦ ਵਿੱਚ ਦੁਪਹਿਰੇ ਨੂੰ, ਸ਼ਾਮ ਨੂੰ, ਰਾਤ ਨੂੰ, ਮਤਲਬ ਕਿ ਉਹਨਾਂ ਨੇ ਸਾਡੇ ਵਾਸਤੇ ਬਹੁਤ ਕੁਛ ਭੇਜਿਆ ਉੱਥੇ ਖਾਣ ਵਾਸਤੇ। ਲੰਗਰ ਵੀ ਆਇਆ ਸਾਡੇ ਕੋਲ, ਮੈਡੀਸਨ ਵੀ ਆਈਆਂ ਸਾਡੇ ਕੋਲ, ਚਾਹ ਵੀ ਆਉਂਦੀ ਰਹੀ ਸਾਡੇ ਕੋਲ। ਤਾਂ ਉਹ ਆਪ ਵੀ ਮਤਲਬ ਕਿ ਸਾਰੇ ਸਾਡਾ ਹਾਲ ਚਾਲ ਪੁੱਛਣ ਵਾਸਤੇ ਆਉਂਦੇ ਰਹੇ। ਤਾਂ ਮਤਲਬ ਕਿ ਉਸ ਦਿਨ ਰਾਤ ਅਸੀਂ ਉੱਥੇ ਹੀ ਰਹੇ ਸੀਗੇ, ਉਹ ਆਦਿਵਾਸੀ ਨਿਵਾਸ ਦੇ ਅੰਦਰ ਅਸੀਂ ਰਾਤ ਰਹੇ ਸੀਗੇ। ਤਾਂ ਜਿਹੜੇ ਸਤਨਾਮ ਸਿੰਘ ਨੇ ਬੰਬੇ ਤੋਂ, ਉਹ ਸਾਨੂੰ ਰਾਤ ਨੂੰ ਵੀ ਕਾਲ ਕਰਦੇ ਰਹੇ, ਰਾਤ ਨੂੰ ਵੀ ਸਾਡਾ ਹਾਲ ਚਾਲ ਪੁੱਛਦੇ ਰਹੇ। ਤਾਂ ਉਹਨਾਂ ਨੇ ਸਾਨੂੰ ਇਹ ਗੱਲ ਕਹੀ ਕਿ ਕੋਈ ਗੱਲ ਨਹੀਂ, ਵੀ ਸਵੇਰੇ ਅਸੀਂ ਤੁਹਾਨੂੰ ਹਰ ਹੀਲੇ ਅਸੀਂ ਕੱਢਾਂਗੇ, ਅਸੀਂ ਇੰਤਜ਼ਾਮ ਦੇ ਵਿੱਚ ਲੱਗੇ ਹੋਏ ਹਾਂ। ਤਾਂ ਫਿਰ ਉਹਨਾਂ ਨੇ ਸਵੇਰੇ ਮਤਲਬ ਕਿ ਸਾਡਾ ਮਤਲਬ ਕਿ ਉਸੇ ਦਿਨ ਜਿਸ ਦਿਨ ਸਾਨੂੰ ਉਹ ਲੈ ਕੇ ਆਏ ਸੀਗੇ, ਉਸੇ ਦਿਨ ਸ਼ਾਮ ਨੂੰ ਤਾਂ ਸਾਡਾ ਮੈਡੀਕਲ ਕਰਵਾ ਲਿਆ ਸੀਗਾ ਉਹਨਾਂ ਨੇ, ਜਿਹਦੇ ਵਿੱਚ ਸਾਡੇ ਵਿੱਚ ਕੋਈ ਵੀ ਪੋਜ਼ਿਟਿਵ ਨਹੀਂ ਸੀਗਾ, ਸਾਰੇ ਨੈਗੇਟਿਵ ਸੀਗੇ। ਤਾਂ ਉਸ ਤੋਂ ਬਾਅਦ ਵਿੱਚ ਉਹਨਾਂ ਨੇ ਅਗਲੇ ਦਿਨ ਸਵੇਰੇ ਪੂਰੇ ਮਤਲਬ ਕਿ ਉਹਨਾਂ ਨੇ ਆਪਸ ਵਿੱਚ ਕੋਈ ਗੱਲਬਾਤ ਕੀਤੀ ਹਨਾ, ਸਾਰੇ ਮੰਤਰੀਆਂ ਨਾਲ ਗੱਲਬਾਤ ਕੀਤੀ ਉਹਨਾਂ ਨੇ, ਪੰਜਾਬ ਦੇ ਲੀਡਰਾਂ ਦੇ ਨਾਲ ਵੀ ਉਹਨਾਂ ਦੇ ਵੱਲੋਂ ਗੱਲਬਾਤ ਕੀਤੀ ਗਈ ਸੀ। ਉਹਨਾਂ ਨੇ ਮਤਲਬ ਕਿ ਹਾਂਜੀ ਕੀਤੀ ਹੋਏਗੀ, ਬਟ ਮੈਨੂੰ ਇਸ ਗੱਲ ਦਾ ਨਹੀਂ ਪਤਾ ਹੈਗਾ। ਮੈਨੂੰ ਜਿਹੜੀ ਮੈਨੂੰ ਪੰਜਾਬ ਤੋਂ ਹੈਲਪ ਮਿਲੀ ਹੈ, ਉਹ ਤਾਂ ਮੈਨੂੰ ਸਰਦਾਰ ਪ੍ਰੇਮ ਸਿੰਘ ਚੰਦੂਮਾਜਰਾ ਵੱਲੋਂ ਹੀ ਮਿਲੀ ਹੈ। ਮੈਨੂੰ ਪੰਜਾਬ ਤੋਂ ਹੋਰ ਕਿਸੇ ਦੀ, ਮੈਨੂੰ ਹੋਰ ਕਿਸੇ ਦੀ ਨਹੀਂ, ਨਾ ਮੈਂ ਝੂਠਾ ਕਿਸੇ ਦਾ ਨਾਮ ਲਵਾਂਗੀ ਹਨਾ। ਮੈਨੂੰ ਤਾਂ, ਮੈਂ ਗੁਰੂ ਘਰ ਤੋਂ ਆਈ ਹਾਂ, ਮੈਨੂੰ ਜਿੰਨੇ ਹੈਲਪ, ਜਿੰਨੇ ਮੇਰੀ ਹੈਲਪ ਕੀਤੀ ਹੈ, ਮੈਂ ਸਿਰਫ ਉਹਨਾਂ ਦਾ ਹੀ ਨਾਮ ਲਵਾਂਗੀ, ਜਿੰਨੇ ਮੇਰੀ ਕੋਈ ਹੈਲਪ ਨਹੀਂ ਕੀਤੀ। ਦੇਖੋ ਫੋਨ ਕਰਨ ਵਾਲੀ ਸਾਰੀ ਦੁਨੀਆਂ ਮੇਰੀ ਵੈਸੇ ਹੈਲਪ ਕੀਤੀ ਹੈ, ਉੱਥੋਂ ਸਾਨੂੰ ਕੱਢਿਆ ਹਨਾ, ਮੈਡੀਸਨ ਦਾ ਇੰਤਜ਼ਾਮ ਕਰਵਾਇਆ, ਹੈਲਪ ਤੇ ਉਹ ਸੀਗੀ, ਹੈਲਪ ਤੇ ਉਹ ਸੀਗੀ। ਤਾਂ ਫਿਰ ਉਹਨਾਂ ਨੇ ਮਤਲਬ ਕਿ ਸਾਡਾ ਜਿਹੜਾ ਸਾਨੂੰ ਫਾਈਨ ਲੱਗਿਆ ਸੀਗਾ ਹਨਾ, ਰਿੰਕੂ ਭਾਟਿਆ ਜੀ ਨੇ, ਉਹਨਾਂ ਨੇ ਸਾਡਾ ਫਾਈਨ ਵੀ ਆਪ ਜਮ੍ਹਾਂ ਕਰਵਾਇਆ ਉੱਥੇ। ਉਹਨਾਂ ਨੇ ਸਾਡਾ ਫਾਈਨ ਵੀ ਜਮ੍ਹਾਂ ਕਰਵਾਇਆ, ਸਾਡੇ ਵਾਸਤੇ ਲੰਗਰ ਦਾ ਇੰਤਜ਼ਾਮ ਵੀ ਕਰਿਆ, ਸਾਡੇ ਵਾਸਤੇ ਘਰ, ਸਾਨੂੰ ਘਰ ਭੇਜਣ ਵਾਸਤੇ ਵੀ ਉਹਨਾਂ ਨੇ ਸਾਰੇ ਸਾਡੇ ਪਾਸ ਪਰਮਿਸ਼ਨ ਜੋ ਵੀ ਆ ਉਹਨਾਂ ਨੇ ਆਪ ਹੀ ਲਈ, ਸਾਨੂੰ ਕੁਛ ਨੀ ਪਤਾ ਇਸ ਬਾਰੇ। ਪਰ ਉਹਨਾਂ ਨੇ ਸਾਡੀ ਬਹੁਤ ਜ਼ਿਆਦਾ ਹੈਲਪ ਕੀਤੀ, ਮਤਲਬ ਕਿ ਮੈਂ ਦੱਸ ਨਹੀਂ ਸਕਦੀ ਕਿ ਉਹਨਾਂ ਨੇ ਸਾਡੀ ਕਿੰਨੀ ਹੈਲਪ ਕੀਤੀ। ਉਹਨਾਂ ਦੇ ਸਦਕਾ ਅਸੀਂ ਆਪਣੇ ਅੱਜ ਘਰਾਂ 'ਚ ਬੈਠੇ ਹਾਂ। ਤੁਸੀਂ ਕਿਹੜੀ ਤਰੀਕ ਨੂੰ ਤੁਸੀਂ ਘਰ ਆ ਗਏ ਸੀ ਆਪਣੇ, ਕਿੰਨੇ ਦਿਨ ਲੱਗ ਗਏ ਤੁਹਾਨੂੰ? ਸਾਨੂੰ ਰਸਤੇ ਦੇ ਵਿੱਚ ਸਿਰਫ ਜਿਵੇਂ ਮੰਨ ਲਓ ਕਿ ਇੱਕ ਦਿਨ ਅਸੀਂ ਉੱਥੇ ਚੱਲੇ ਤੇ ਉੱਥੇ ਰਾਤ ਨੂੰ ਅਸੀਂ ਉੱਥੇ ਫਸ ਗਏ ਸੀਗੇ, ਤੇ ਉਸ ਤੋਂ ਅਗਲੇ ਦਿਨ ਮਤਲਬ ਕਿ ਉਹਨਾਂ ਨੇ ਸਾਨੂੰ ਉੱਥੋਂ ਭੇਜਤਾ ਸੀਗਾ, ਪਾਸ ਵਗੈਰਾ ਪਰਮਿਸ਼ਨ ਵਗੈਰਾ ਦੇ ਕੇ ਸਾਨੂੰ ਘਰ ਨੂੰ ਭੇਜਤਾ ਸੀਗਾ। ਉਸ ਤੋਂ ਅਗਲੇ ਦਿਨ ਅਸੀਂ ਆਪਣੇ ਘਰ ਪਹੁੰਚ ਗਏ ਸੀਗੇ। ਤੁਹਾਨੂੰ ਨਹੀਂ ਸੀ ਪਤਾ ਕਿ ਪੰਜਾਬ ਸਰਕਾਰ ਤੁਹਾਨੂੰ ਕੱਢਣ ਦੇ ਲਈ ਯਤਨ ਕਰ ਰਹੀ ਹੈ, ਕਿਉਂਕਿ ਹੁਣ ਪਰਸੋਂ ਤੋਂ ਜਿਹੜੀ ਸੰਗਤ ਉੱਥੋਂ ਆਉਣੀ ਸ਼ੁਰੂ ਹੋ ਗਈ ਹੈ, ਪੰਜਾਬ ਸਰਕਾਰ ਦੇ ਯਤਨਾਂ ਦੇ ਨਾਲ ਫ੍ਰੀ ਸੰਗਤ ਆ ਰਹੀ ਹੈ ਉੱਥੋਂ, ਤੇ ਤੁਹਾਨੂੰ ਪਤਾ ਨਹੀਂ ਸੀ ਇਸ ਬਾਰੇ ਕਿ ਪੰਜਾਬ ਸਰਕਾਰ ਯਤਨ ਕਰ ਰਹੀ ਹੈ ਤੁਹਾਨੂੰ ਕੱਢਣ ਦੇ ਲਈ ਉੱਥੋਂ? ਸਰ ਜਦੋਂ ਮਤਲਬ ਕਿ ਅਸੀਂ ਵੀ ਨਿਊਜ਼ ਤਾਂ ਅਸੀਂ ਦੇਖਦੇ ਸੀਗੇ ਹਨਾ ਆਪਣੇ ਮੋਬਾਈਲ ਤੇ, ਮਤਲਬ ਕਿ ਉਹਦੇ ਵਿੱਚ ਸਿਰਫ ਅਸੀਂ ਦੇਖਦੇ ਸੀਗੇ ਕਿ ਕੋਸ਼ਿਸ਼ ਹੀ ਹੋ ਰਹੀ ਹੈ, ਹੋਰ ਕੁਛ ਨਹੀਂ ਹੋ ਰਿਹਾ ਹਨਾ। ਤਾਂ ਸਾਨੂੰ ਇੱਕ ਇੱਕ ਮਹੀਨਾ ਹੋ ਚੁੱਕਿਆ ਸੀਗਾ ਉੱਥੇ ਬੈਠਿਆਂ ਨੂੰ, ਤੁਹਾਨੂੰ ਪਤਾ ਹੀ ਹੈ ਕਿ ਹਨਾ ਇੰਨਾ ਦੇਰ ਘਰ ਤੋਂ ਬਾਹਰ ਬੈਠਣਾ ਵੀ ਬੜਾ ਸਾਨੂੰ ਔਖਾ ਲੱਗ ਰਿਹਾ ਸੀਗਾ। ਕੁਛ ਮੇਰੇ ਨਾਲ ਤੇ ਪੇਸ਼ੈਂਟ ਹੀ ਸੀਗੇ ਹਨਾ, ਉਹਨਾਂ ਕਰਕੇ ਮੈਨੂੰ ਜ਼ਿਆਦਾ ਔਖਾ ਸੀਗਾ ਕਿ ਜਦੋਂ ਹੀ ਅਸੀਂ ਮਤਲਬ ਕਿ ਅਸੀਂ ਜਿੱਥੇ ਵੀ ਜਿਵੇਂ ਕਾਲ ਕਰਦੇ ਸੀ ਪੁੱਛਦੇ ਸੀਗੇ ਵੀ ਹਾਂਜੀ ਸਾਨੂੰ ਲੈ ਕੇ ਜਾਣ ਦਾ ਕੋਈ ਇੱਧਰ ਇੰਤਜ਼ਾਮ ਹੋ ਰਿਹਾ, ਸਾਨੂੰ ਸਾਰੇ ਕਹਿੰਦੇ ਸੀ ਕਿ ਕੋਈ ਇੰਤਜ਼ਾਮ ਨਹੀਂ ਹੋ ਰਿਹਾ, ਸਿਰਫ ਗੱਲਾਂ ਹੁੰਦੀਆਂ ਨੇ, ਗੱਲਾਂ ਹੋ ਕੇ ਉੱਥੇ ਹੀ ਖਤਮ ਹੋ ਜਾਂਦੀਆਂ, ਤੇ ਮਤਲਬ ਕਿ ਅਸੀਂ ਤਾਂ ਕੋਈ ਦੇਖ ਨਹੀਂ ਰਹੇ ਵੀ ਜਾਂ ਕੋਈ ਬੱਸਾਂ ਭੇਜ ਰਿਹਾ ਜਾਂ ਬਾਕੀ। ਹਾਂਜੀ ਜਿਹੜੇ ਅੰਮ੍ਰਿਤਸਰ ਦੇ ਹੈੱਡ ਗ੍ਰੰਥੀ ਨੇ ਹਨਾ, ਉਹਨਾਂ ਨੇ ਵੀ ਸਾਨੂੰ ਮਤਲਬ ਕਿ ਕਾਲ ਕਰੀ, ਉਹਨਾਂ ਨੇ ਵੀ ਸਾਡਾ ਹਾਲ ਚਾਲ ਪੁੱਛਿਆ, ਉਹਨਾਂ ਨੇ ਵੀ ਸਾਨੂੰ ਰਸਤੇ ਵਿੱਚ ਜਦੋਂ ਅਸੀਂ ਆ ਰਹੇ ਸੀਗੇ ਉਹਨਾਂ ਨੇ ਵੀ ਸਾਨੂੰ ਇਹ ਪੁੱਛਿਆ ਸੀਗਾ ਵੀ ਤੁਸੀਂ ਲੰਗਰ ਵਗੈਰਾ ਛਕਿਆ, ਅਗਰ ਨਹੀਂ ਛਕਿਆ ਤਾਂ ਤੁਸੀਂ ਸਾਨੂੰ ਦੱਸੋ ਅਸੀਂ ਇੰਤਜ਼ਾਮ ਕਰੀਏ। ਤਾਂ ਮੈਂ ਉਹਨਾਂ ਨੂੰ ਕਿਹਾ ਕਿ ਨਹੀਂ ਅਸੀਂ ਸਾਨੂੰ ਉਹਨਾਂ ਨੇ ਜਿਹੜੇ ਰਿੰਕੂ ਭਾਟੀਆ ਜੀ ਨੇ
ਪ੍ਰਿਥਵੀਪਾਲ ਸਿੰਘ ਜੀ ਨੇ ਜਿਹੜੇ, ਮੈਂ ਕਿਹਾ ਉਹਨਾਂ ਨੇ ਸਾਨੂੰ, ਪ੍ਰਿਥਵੀਪਾਲ ਸਿੰਘ ਕਪੂਰ ਜੀ, ਅਸੀਂ ਕਿਹਾ ਉਹਨਾਂ ਨੇ ਸਾਨੂੰ ਲੰਗਰ ਦੇ ਕੇ ਤੋਰਿਆ ਕਿ ਸਾਡੀਆਂ ਗੱਡੀਆਂ ਦੇ ਵਿੱਚ ਲੰਗਰ ਹੈ ਇਸ ਟਾਈਮ। ਤੇ ਜਦੋਂ ਅਸੀਂ ਰਸਤੇ ਦੇ ਵਿੱਚ ਜਾਣ ਕੇ ਆਗਰੇ ਪਹੁੰਚੇ ਸੀਗੇ, ਤੇ ਉੱਥੇ ਵੀ ਜਿਹੜੇ ਉਹ ਰਵਿੰਦਰਪਾਲ ਸਿੰਘ ਟਿੰਮਾ ਜੀ ਨੇ ਸਾਨੂੰ, ਮਤਲਬ ਕਿ ਸਾਡੀਆਂ ਗੱਡੀਆਂ ਦੇ ਵਿੱਚ, ਸਾਰੀਆਂ ਗੱਡੀਆਂ ਦੇ ਵਿੱਚ ਕੋਲਡ ਡਰਿੰਕ ਰੱਖੇ, ਪਾਣੀ ਦੀ ਬੋਤਲ ਰੱਖੀਆਂ, ਨਮਕੀਨ, ਬਦਾਮ ਔਰ ਫਰੂਟੀਆਂ ਵਗੈਰਾ, ਮਤਲਬ ਕਿ ਉਹਨਾਂ ਨੇ ਸਾਡੇ ਖਾਣ ਪੀਣ ਦਾ ਸਾਰਾ ਸਮਾਨ ਸਾਡੀਆਂ ਗੱਡੀਆਂ ਦੇ ਵਿੱਚ ਰੱਖਿਆ ਉੱਥੇ। ਉਹ ਸਾਰੀ ਰਾਤ ਮਤਲਬ ਕਿ ਸਾਡੀ ਵੇਟ ਕਰਦੇ ਰਹੇ, ਉਹ ਸਾਰੀ ਰਾਤ ਸੜਕ ਦੇ ਉੱਪਰ ਖੜੇ ਸੀਗੇ ਰਵਿੰਦਰ ਸਿੰਘ ਜੀ, ਸਾਰੀ ਰਾਤ ਉਹ ਸਾਨੂੰ ਕਾਲ ਕਰਦੇ ਰਹੇ ਸਾਰੀ ਰਾਤ। ਅਸੀਂ ਉਹਨਾਂ ਦੇ ਕੋਲ ਮਤਲਬ ਕਿ 5:30 ਪਹੁੰਚੇ, ਜਦੋਂ ਕਿ ਅਸੀਂ ਇੰਦੌਰ ਤੋਂ ਮਤਲਬ ਕਿ ਸ਼ਨਾਵਤ ਤੋਂ ਅਸੀਂ ਚੱਲੇ ਸੀਗੇ 2 ਵਜੇ, ਤੇ ਉਹਨਾਂ ਨੇ 2 ਵਜੇ ਹੀ ਸਾਨੂੰ ਕਹਿਣਾ ਸ਼ੁਰੂ ਕਰਤਾ ਸੀਗਾ ਕਿ ਅਸੀਂ ਆਗਰੇ ਖੜੇ ਹਾਂ, ਅਸੀਂ ਆਗਰੇ ਖੜੇ ਹਾਂ, ਤੁਸੀਂ ਮਤਲਬ ਕਿ ਇੱਥੇ ਸਾਨੂੰ ਮਿਲ ਕੇ ਜਾਣਾ, ਮਤਲਬ ਕਿ ਉਹਨਾਂ ਨੇ ਪ੍ਰਬੰਧ ਕੀਤਾ ਹੋਇਆ ਸੀ ਖਾਣ ਪੀਣ ਦਾ। ਤੇ ਅਸੀਂ ਮਤਲਬ ਸਾਰੀ ਰਾਤ ਲੰਘੀ ਹੈ ਨਾ, ਉਹ ਵੀ ਸਾਰੀ ਰਾਤ ਉੱਥੇ ਹੀ ਸੜਕ ਤੇ ਖੜੇ ਰਹੇ। ਤਾਂ ਜਦੋਂ ਅਸੀਂ ਮਤਲਬ ਕਿ ਉਹਨਾਂ ਦੇ ਕੋਲ ਅਸੀਂ 5:30 ਸਵੇਰੇ ਪਹੁੰਚੇ, ਤਾਂ ਉਹ ਉਸ ਟਾਈਮ ਵੀ ਉੱਥੇ ਹੀ ਖੜੇ। ਉਹਨਾਂ ਨੇ ਸਾਡਾ ਬੜਾ ਵਧੀਆ ਸਵਾਗਤ ਕੀਤਾ ਹੈ ਨਾ, ਸਾਨੂੰ ਬੜੇ ਵਧੀਆ ਤਰੀਕੇ ਨਾਲ ਉਹ ਮਿਲੇ। ਉਹਨਾਂ ਨੇ ਸਾਡੀ ਹਰੇਕ ਪ੍ਰੋਬਲਮ ਸਾਨੂੰ ਪੁੱਛੀ, ਉਹਨਾਂ ਨੇ ਉਸ ਟਾਈਮ ਵੀ ਪੁੱਛਿਆ ਕਿ ਤੁਹਾਨੂੰ ਇਸ ਟਾਈਮ ਕੋਈ ਪ੍ਰੋਬਲਮ ਤੇ ਨਹੀਂ ਹੈਗੀ। ਅਸੀਂ ਕਿਹਾ ਬਸ ਅਸੀਂ ਘਰ ਪਹੁੰਚ ਜਾਈਏ, ਬਸ ਸਾਨੂੰ ਹੋਰ ਸਾਰਾ ਕੁਛ ਠੀਕ ਹੈ। ਤੇ ਜਦੋਂ ਤੁਸੀਂ ਪੰਜਾਬ ਦੇ ਵਿੱਚ ਐਂਟਰ ਕੀਤਾ, ਤਾਂ ਪੰਜਾਬ ਦੇ ਪ੍ਰਸ਼ਾਸਨ ਨੇ ਜੋ ਤੁਹਾਨੂੰ ਐਂਟਰ ਕਰਨ ਤੋਂ ਰੋਕਿਆ ਜਾਂ ਕਿਸ ਤਰੀਕੇ ਦੇ ਨਾਲ ਉੱਥੇ ਤੁਸੀਂ ਐਂਟਰ ਕੀਤਾ ਪੰਜਾਬ 'ਚ? ਨਹੀਂ, ਪੰਜਾਬ 'ਚ ਸਾਨੂੰ ਕਿਸੇ ਨੇ ਨਹੀਂ ਪੁੱਛਿਆ, ਅਸੀਂ ਆਪਣਾ ਆਰਾਮ ਨਾਲ ਮਤਲਬ ਕਿ ਹਾਂਜੀ ਇਹ ਸੀਗਾ ਕਿ ਪੰਜਾਬ ਤਾਂ ਸਾਨੂੰ ਮਤਲਬ ਕਿ ਇੱਥੋਂ ਜਦੋਂ ਅਸੀਂ ਅੰਬਾਲੇ ਤੋਂ ਅਸੀਂ ਥੋੜ੍ਹੇ ਜਿਹੇ ਇੱਥੋਂ 10 ਕਿਲੋਮੀਟਰ ਆ ਹਨਾ, ਤੇ ਉੱਥੋਂ ਮਤਲਬ ਜਦੋਂ ਪਿੱਛੋਂ ਅਸੀਂ ਆ ਰਹੇ ਸੀਗੇ, ਉਦੋਂ ਮਤਲਬ ਚੈਕਿੰਗ ਤਾਂ ਹੁੰਦੀ ਆਈ ਸੀਗੀ, ਤੇ ਗੱਡੀਆਂ ਦੇ ਨੰਬਰ ਵੀ ਉਹਨਾਂ ਨੇ ਨੋਟ ਕੀਤੇ, ਡਰਾਈਵਰਾਂ ਦੇ ਫੋਨ ਨੰਬਰ ਵੀ ਨੋਟ ਕੀਤੇ, ਮਤਲਬ ਕਿ ਨੋਟ ਤੇ ਉਹ ਸਾਰਾ ਕੁਛ ਕਰ ਰਹੇ ਸੀ। ਬਟ ਜਿਹੜੀ ਸਾਡੇ ਕੋਲ ਪਰਮਿਸ਼ਨ ਸੀਗੀ ਤੇ ਸਾਡਾ ਮੈਡੀਕਲ ਸੀਗਾ, ਅਸੀਂ ਉਹ ਹਾਂਜੀ ਉਹ ਅਸੀਂ ਉਹਨਾਂ ਨੂੰ ਦਿਖਾ ਰਹੇ ਸੀਗੇ, ਉਹ ਦਿਖਾ ਦਿਖਾ ਕੇ ਅਸੀਂ ਆ ਰਹੇ ਸੀਗੇ। ਪੰਜਾਬ ਤੇ ਪਹੁੰਚਣ ਤੋਂ ਬਾਅਦ ਤੁਹਾਡੇ ਨਾਲ ਕਿਸੇ ਵੱਲੋਂ ਸੰਪਰਕ ਕੀਤਾ ਗਿਆ ਵੀ ਤੁਸੀਂ ਬੜੀ ਮੁਸ਼ਕਿਲ ਦਾ ਸਾਹਮਣਾ ਕਰਕੇ ਆਏ ਹੋ, ਕਿਸੇ ਤਰ੍ਹਾਂ ਦੀ ਮਦਦ ਕੀਤੀ ਹੋਵੇ? ਮਤਲਬ ਕਿ ਸਾਨੂੰ ਪ੍ਰੇਮ ਸਿੰਘ ਜੀ, ਚੰਦੂ ਮਾਜਰਾ ਜੀ ਨੇ, ਜਿਨ੍ਹਾਂ ਨੇ ਮਤਲਬ ਕਿ ਸਾਡੇ ਹਰ ਦੁੱਖ ਸੁੱਖ ਦੇ ਵਿੱਚ ਸਾਡੇ ਨਾਲ ਖੜੇ ਹਨਾ, ਉਹਨਾਂ ਨੇ ਅਸੀਂ ਘਰ ਪਹੁੰਚੇ ਸਾਨੂੰ ਉਹਨਾਂ ਨੇ ਹੀ ਕਾਲ ਕਰੀ, ਉਹਨਾਂ ਨੇ ਹੀ ਸਾਨੂੰ ਪੁੱਛਿਆ ਕਿ ਤੁਹਾਨੂੰ ਕਿਸੇ ਕਿਸਮ ਦੀ ਮਤਲਬ ਕਿ ਪ੍ਰੋਬਲਮ ਤਾਂ ਨਹੀਂ ਆਈ, ਜਾਂ ਕੋਈ ਹੁਣ ਪ੍ਰੋਬਲਮ ਹੈਗੀ ਹੈ ਤਾਂ ਤੁਸੀਂ ਸਾਨੂੰ ਦੱਸੋ, ਅਸੀਂ ਸੋਲਵ ਕਰਾਂਗੇ। ਦੇਖੋ ਅਸੀਂ ਤਾਂ ਇਹ ਸਮਝਦੇ ਹਾਂ ਹਨਾ, ਸਾਡੇ ਇੱਥੋਂ ਸਾਡੇ ਜ਼ਿਲ੍ਹੇ ਦੇ ਹਨਾ, ਕਿਸੇ ਨੇ ਸਾਨੂੰ ਨਹੀਂ ਪੁੱਛਿਆ, ਸਾਨੂੰ ਕਿਸੇ ਨੇ ਨਹੀਂ ਪੁੱਛਿਆ। ਬਲਕਿ ਸਾਨੂੰ ਉਹਨਾਂ ਨੂੰ, ਸਰਦਾਰ ਪ੍ਰੇਮ ਸਿੰਘ ਜੀ ਨੂੰ ਇਹ ਵੀ ਨਹੀਂ ਸੀ ਪਤਾ ਹੈਗਾ ਕਿ ਅਸੀਂ ਕਿੱਥੋਂ ਦੇ ਹਾਂ ਹਨਾ, ਉਹਨਾਂ ਨੇ ਇਨਸਾਨੀਅਤ ਨਾਤੇ ਸਾਡੀ ਹੈਲਪ ਕੀਤੀ ਹੈ, ਇਨਸਾਨੀਅਤ ਨਾਤੇ ਸਾਡੀ ਹੈਲਪ ਕੀਤੀ ਹੈ। ਤੇ ਸਾਡੀ ਜਿੰਨੇ ਵੀ ਜਾਣ ਕੇ ਸੰਗਤ ਸੀਗੀ, ਸਾਨੂੰ ਮੈਨੂੰ ਉਹਨਾਂ ਨੇ ਇਹ ਗੱਲ ਕਹੀ ਸੀਗੀ, ਅਗਰ ਸੰਗਤ ਦੇ ਵਿੱਚ ਹੋਰ ਵੀ ਕਿਸੇ ਨੂੰ ਕੋਈ ਪ੍ਰੋਬਲਮ ਹੈ ਤਾਂ ਮੇਰੇ ਨਾਲ ਗੱਲ ਕਰੋ, ਕੋਈ ਗੱਲ ਨਹੀਂ, ਮੈਂ ਤੁਹਾਡੀ ਹਰ ਪ੍ਰੋਬਲਮ ਨੂੰ ਸੋਲਵ ਕਰੂੰ। ਅਸੀਂ ਵੀ ਸ਼ਲਾਘਾ ਕਰਦੇ ਹਾਂ ਉਹਨਾਂ ਦੀ ਕਿ ਉਹਨਾਂ ਨੇ ਤੁਹਾਡੀ ਮਦਦ ਕੀਤੀ, ਤੇ ਜਿਹੜੇ ਲੀਡਰ ਨੇ ਤੁਹਾਡੀ ਮਦਦ ਨਹੀਂ ਕੀਤੀ ਜਾਂ ਫੋਨ ਨਹੀਂ ਕੀਤਾ ਉਹਨਾਂ ਨੂੰ ਵੀ ਅਸੀਂ ਅਪੀਲ ਕਰਦੇ ਹਾਂ ਕਿ ਅੱਗੋਂ ਤੋਂ ਜੇਕਰ ਤੁਹਾਡੇ ਤੋਂ ਕੋਈ ਮਦਦ ਮੰਗਦਾ ਤਾਂ ਉਹਦੀ ਤੁਸੀਂ ਮਦਦ ਜ਼ਰੂਰ ਕਰੋ। ਹੁਣ ਤੁਸੀਂ ਘਰ ਪਹੁੰਚ ਗਏ ਹੋ ਜੀ ਪੂਰੀ ਤਰੀਕੇ ਦੇ ਨਾਲ, ਤੁਹਾਡੇ ਮਾਤਾ ਜੀ ਔਰ ਤੁਹਾਡੇ ਹਸਬੰਡ ਜਾਂ ਤੁਸੀਂ ਪੂਰੀ ਤਰ੍ਹਾਂ ਸਿਹਤਯਾਬ ਹੋ? ਹਾਂਜੀ ਹਾਂਜੀ, ਅਸੀਂ ਬਿਲਕੁਲ ਠੀਕ ਠਾਕ ਹਾਂ ਜੀ, ਅਸੀਂ ਆਪਣੇ ਘਰ ਹਾਂ, ਅਸੀਂ ਬਹੁਤ ਖੁਸ਼ ਹਾਂ, ਸਭ ਦਾ ਅਸੀਂ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ ਜੀ, ਬਹੁਤ ਬਹੁਤ ਜੀ। ਅਸੀਂ ਵੀ ਉਮੀਦ ਕਰਦੇ ਹਾਂ ਕਿ ਸਭ ਕੁਝ ਠੀਕ ਠਾਕ ਰਹੇਗਾ, ਜਲਦੀ ਜਿਹੜੇ ਹੋਰ ਵੀ ਲੋਕ ਉੱਥੇ ਫਸੇ ਹੋਏ ਨੇ ਸਰਕਾਰ ਉਹਨਾਂ ਨੂੰ ਕੱਢਣ ਦੀ ਕੋਸ਼ਿਸ਼ ਕਰ ਰਹੀ ਹੈ ਤੇ ਜਲਦੀ ਜਿਹੜਾ ਉਹ ਆਪਣੇ ਘਰਾਂ ਦੇ ਵਿੱਚ ਆ ਜਾਣਗੇ। ਇੰਦੌਰ ਤੋਂ ਜਿਨ੍ਹਾਂ ਨੇ ਸਾਡੀ ਹੈਲਪ ਕੀਤੀ, ਮੈਂ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਕਰਦੀ ਹਾਂ, ਥੈਂਕਸ ਜੀ। ਠੀਕ ਹੈ ਮੈਡਮ, ਤੁਸੀਂ ਸਾਡੇ ਨਾਲ ਗੱਲਬਾਤ ਕੀਤੀ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ। T5 ਚੈਨਲ ਪੰਜਾਬੀ ਹੁਣੇ ਸਬਸਕ੍ਰਾਈਬ ਕਰੋ, ਬੈਲ ਆਈਕਨ ਤੇ ਕਲਿੱਕ ਕਰੋ।